ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰਿਆਂ ਦਾ ਮੇਰੇ ਯੂਟਿਊਬ ਚੈਨਲ ਸਨਾਮ ਸਿੰਘ ਖਾਲਸਾ 'ਤੇ ਸਵਾਗਤ ਹੈ ਜੀ। ਅੱਜ ਅਸੀਂ ਸ਼ਬਦ ਕਰਾਂਗੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਗਾਉਣ ਲਈ। ਪਾਵਨ ਸ਼ਬਦ ਹੈ, ਪ੍ਰਗਟ ਭਈ ਸਗਲੇ ਯੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਉਸ ਤੋਂ ਪਹਿਲਾਂ ਮੈਂ ਦੱਸਾਂਗਾ ਤੁਹਾਨੂੰ, ਮੇਰੇ ਇਸ ਯੂਟਿਊਬ ਚੈਨਲ 'ਤੇ ਹੁਣ ਤੱਕ 500 ਤੋਂ ਵੱਧ ਵੀਡੀਓਜ਼ ਅਪਲੋਡ ਕਰ ਦਿੱਤੀਆਂ ਗਈਆਂ ਹਨ। ਉਸਨੂੰ ਤੁਸੀਂ ਕਿਸ ਤਰ੍ਹਾਂ ਦੇਖਣਾ ਹੈ ਮੈਂ ਆਪਣੇ ਮੋਬਾਈਲ 'ਤੇ ਦੱਸਾਂਗਾ। ਤੁਸੀਂ ਸਭ ਤੋਂ ਪਹਿਲਾਂ ਯੂਟਿਊਬ ਚੈਨਲ ਓਪਨ ਕਰਨਾ ਹੈ, ਓਪਨ ਕਰਕੇ ਜਿੱਥੇ ਸਰਚ ਕਰਦੇ ਹੈ ਉੱਥੇ ਤੁਸੀਂ ਲਿਖਣਾ ਹੈ ਸਤਨਾਮ ਸਿੰਘ ਖਾਲਸਾ। ਲਿਖੋਗੇ ਤਾਂ ਮੇਰਾ ਪੂਰਾ ਯੂਟਿਊਬ ਦਾ ਪੇਜ ਖੁੱਲ੍ਹ ਜਾਵੇਗਾ। ਉਹਨੂੰ ਤੁਸੀਂ ਲਾਲ ਰੰਗ ਨੂੰ ਸਬਸਕ੍ਰਾਈਬ ਕਰਨਾ ਹੈ, ਨਾਲ ਹੀ ਬੈੱਲ ਹੈ ਉਹਨੂੰ ਵੀ ਟੱਚ ਕਰ ਦੇਣਾ ਹੈ। ਮੈਂ ਕੋਈ ਵੀ ਵੀਡੀਓ ਪਾਵਾਂਗਾ ਤੁਹਾਡੇ ਕੋਲ ਪਹਿਲਾਂ ਪਹੁੰਚੇਗੀ, ਫਿਰ ਮੇਰੀ ਫੋਟੋ 'ਤੇ ਕਲਿੱਕ ਕਰਨਾ ਹੈ। ਫੋਟੋ 'ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਪਲੇ ਲਿਸਟ 'ਚ ਜਾਣਾ ਹੈ। ਦੇਖੋ, ਆਹ ਦੇਖੋ ਤੀਸਰੇ ਨੰਬਰ 'ਤੇ ਪਲੇ ਲਿਸਟ, ਇਹਦੇ ਵਿੱਚ ਸਾਰੀਆਂ ਵੀਡੀਓਜ਼ ਫੋਲਡਰਾਂ ਦੇ ਨਾਲ ਬਣਾਈਆਂ ਗਈਆਂ ਹਨ ਕਿ ਤੁਹਾਨੂੰ ਕੋਈ ਪ੍ਰੋਬਲਮ ਨਾ ਹੋਵੇ। ਸਾਰੇ ਫੋਲਡਰ ਬਣਾ ਬਣਾ ਕੇ ਵੀਡੀਓਜ਼ ਇਸ ਵਿੱਚ ਰੱਖੀਆਂ ਗਈਆਂ, 500 ਤੋਂ ਵੱਧ ਵੀਡੀਓਜ਼ ਨੇ। ਤੁਸੀਂ ਇੱਥੋਂ ਆਪਣਾ ਸ਼ਬਦ ਕੋਈ ਵੀ ਕਰ ਸਕਦੇ ਹੋ, ਲੱਭ ਸਕਦੇ ਹੋ। ਹੁਣ ਆਪਾਂ ਸ਼ਬਦ ਸ਼ੁਰੂ ਕਰਦੇ ਹਾਂ। ਮੰਦਰ ਸਪਤਕ ਦੇ ਚੌਥੇ ਕਾਲੇ ਤੋਂ ਆਪਾਂ ਇਸ ਸ਼ਬਦ ਨੂੰ ਕਰਾਂਗੇ। ਇਹ ਸਵਰ ਛੋਟੇ ਬੱਚਿਆਂ ਲਈ ਅਤੇ ਮੇਰੀਆਂ ਭੈਣਾਂ ਲਈ ਹੈ, ਉਹਨਾਂ ਨੇ ਇੱਥੋਂ ਇਸ ਸ਼ਬਦ ਨੂੰ ਕਰਨਾ ਹੈ। ਕਹਿਰਵੀ ਤਾਲ ਦੇ ਵਿੱਚ ਇਹ ਕੰਪੋਜੀਸ਼ਨ ਹੈ। ਕਹਿਰਵੀ ਤਾਲ ਦੀਆਂ 8 ਮਾਤਰਾ ਹੁੰਦੀਆਂ ਹਨ। ਇਹ ਜਿਹੜੀ ਕੰਪੋਜੀਸ਼ਨ ਹੈ ਰਾਗ ਭੈਰਵੀ ਦੇ ਵਿੱਚ ਕੰਪੋਜ਼ ਕੀਤੀ ਗਈ ਹੈ। ਭੈਰਵੀ ਰਾਗ ਦੇ ਸਵਰ ਦੇਖੋ ਜੀ, ਸਾ ਰੇ ਗਾ, ਰੇ ਗਾ ਕੋਮਲ, ਮਾ ਪਾ ਧਾ ਨੀ ਸਾ, ਧਾ ਨੀ ਕੋਮਲ, ਧਾ ਅਤੇ ਨੀ ਕੋਮਲ, ਸਾ ਨੀ ਧਾ ਪਾ ਮਾ ਗਾ ਰੇ ਸਾ, ਇਹ ਰਾਗ ਭੈਰਵੀ ਦੇ ਸਵਰ ਹਨ। ਅੰਤਰੇ ਵਿੱਚ ਧਾ ਸ਼ੁੱਧ ਵੀ ਯੂਜ਼ ਕੀਤਾ ਜਾਵੇਗਾ। ਇਸਨੂੰ ਮੈਂ ਲਾਲ ਰੰਗ ਦੇ ਨਾਲ ਲਿਖਿਆ ਹੈ, ਇਹ ਤਾਂ ਲਿਖਿਆ ਹੈ ਕਿਉਂਕਿ ਇਹ ਰਾਗ ਤੋਂ ਬਾਹਰ ਵਾਲਾ ਸਵਰ ਹੈ, ਇਸ ਲਈ ਇਸਨੂੰ ਲਾਲ ਰੰਗ ਨਾਲ ਲਿਖਿਆ ਹੈ। ਇਹ ਵੀ ਯੂਜ਼ ਕੀਤਾ ਜਾਵੇਗਾ। ਹੁਣ ਆਪਾਂ ਸ਼ਬਦ ਸ਼ੁਰੂ ਕਰਦੇ ਹਾਂ ਤਬਲੇ ਦੀ ਤਾਲ ਦੇ ਨਾਲ। ਮੈਂ ਸ਼ੁਰੂ ਵਿੱਚ ਸੰਪੂਰਨ ਸ਼ਬਦ ਗਾਇਨ ਕਰ ਦੇਵਾਂਗਾ, ਜਿਹੜੇ ਸੁਣ ਕੇ ਕੱਢ ਸਕਦੇ ਹੁਣ ਸੁਣ ਕੇ ਕੱਢ ਲੈਣ, ਕਿਉਂਕਿ ਸੁਣ ਕੇ ਨਹੀਂ ਕੱਢ ਸਕਦੇ। ਲਾਸਟ ਵਿੱਚ ਜਾ ਕੇ ਮੈਂ ਅਸਥਾਈ ਅਤੇ ਅੰਤਰੀ ਦੀ ਸਰਗਮ ਅਤੇ ਸਰਗਮ ਦੇ ਉੱਤੇ ਸ਼ਬਦ ਸਲੋ ਸਲੋ ਲਗਾ ਕੇ ਦੱਸਾਂਗਾ। ਹੁਣ ਇੱਕ ਵਾਹਿਗੁਰੂ ਦੇ ਲਾਭ ਤੋਂ, ਇੱਕ ਪ੍ਰਮਾਣ ਤੋਂ ਆਪਾਂ ਸ਼ੁਰੂ ਕਰਾਂਗੇ। ਸਤਨਾਮ ਵਾਹਿਗੁਰੂ, ਵਾਹਿਗੁਰੂ, ਧੰਨ ਧੰਨ ਹਮਾਰੇ ਭਾਗ, ਘਰ ਆਇਆ ਪਿਰ ਮੇਰਾ ਸੋਹੇ ਬੰਕ ਦੁਆ, ਸਗਲਾ ਬਨਹਰਾ। ਪ੍ਰਗਟ ਭਈ ਸਗਲੇ ਯੁਗ ਅੰਤਰ,
ਸਰਬ ਕਲਾ
ਜਨ ਨਿਤ ਪੁੰਨ ਚਹੋ ਸਰਬ ਬਿਲਾ ਮੁਖ ਪਾਵੋ। ਸਰਬ ਬਿਲਾ ਸ਼ਬਦ ਮੈਂ ਸੰਪੂਰਨ ਗਾਇਨ ਕਰ ਦਿੱਤਾ ਹੈ। ਹੁਣ ਅਸਥਾਈ ਅਤੇ ਅੰਤਰ ਦੀ ਸਰਗਮ ਦੇਖੋ ਜੀ। ਗੁਰੂ ਨਾਨਕ ਕੀ ਵਡਿਆਈ, ਸਰਗਮ ਸਾਧਾ ਦਾ ਪਮਗਾ ਪਾਪ ਮਾ ਸ਼ਬਦ ਗੁਰੂ ਨਾਨਕ ਸ਼ਬਦ ਦੇ ਇਕੱਲੇ ਇਕੱਲੇ ਬੋਲ ਦੇਖਣੇ ਹਨ, ਕਿਹੜੇ ਕਿਹੜੇ ਸਵਰ ਤੇ ਆ ਰਹੇ ਹਨ, ਠੀਕ ਹੈ ਜੀ। ਫਿਰ ਦੇਖੋ, ਗੁਰ ਨਾਨਕ ਕੀ। ਨੈਕਸਟ ਲਾਈਨ, ਪ੍ਰਗਟ ਭਈ ਸਗਲੇ ਜੁਗ ਅੰਤਰ, ਸਰਗਮ ਗਾਰੇ ਸਾਨੇ ਗਾ ਗਾਰੇ ਰੇ ਗਾ ਰੇ ਰੇ ਸਾ 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 ਸਾ। ਸ਼ਬਦ ਪ੍ਰਗਟ ਭਈ ਸਗਲੇ ਜੁਗ ਅੰਤਰ, ਠੀਕ ਹੈ ਜੀ। ਫਿਰ ਦੁਬਾਰਾ, ਗੁਰੂ ਨਾਨਕ ਕੀ ਵਡਿਆਈ, ਦੋ ਵਾਰੀ ਬੋਲ ਕੇ ਗੁਰੂ ਨਾਨਕ ਕੀ ਵਡਿਆਈ। ਫਿਰ ਇੱਥੋਂ ਅੰਤਰਾ ਸ਼ੁਰੂ ਕਰਨਾ ਹੈ ਦਾ ਸ਼ੁੱਧ ਤੋਂ, ਠੀਕ ਹੈ। ਇਸ ਦਾ ਸ਼ੁੱਧ ਤੋਂ ਅੰਤਰਾ ਸ਼ੁਰੂ ਹੋਣਾ ਹੈ। ਸੁਣੀ ਅਰਦਾਸ ਸੁਆਮੀ ਮੇਰੇ, ਸਰਗਮ ਦੇਖੋ ਹੁਣ, ਧਾਨੀ ਰੇ ਸਾ ਸਾ ਨੀ ਸਾ ਧਾ ਪਾ ਮਾ, ਧਾਨੀ ਰੇ ਸਾ 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 ਸਾ। ਸ਼ਬਦ ਸੁਣੀ ਅਰਦਾਸ
ਲੰਬਾ ਲੈ ਕੇ ਆਉਣਾ ਹੈ ਮਾਂ ਤੱਕ। ਮੀ ਮੇਰੇ, ਨੈਕਸਟ ਲਾਈਨ ਸਰਬ ਕਲਾ ਬਣਿਆ ਹੀ। ਤੁਹਾਨੂੰ ਇੰਨਾ ਲੰਬਾ ਲੈ ਕੇ ਜਾਣਾ ਹੈ, ਦੇਖੋ ਕਿਸ ਤਰ੍ਹਾਂ ਸਰਗਮ ਦੇਖੋ। ਸਾਰੇ ਸਾ ਨੀ, ਨੀ ਸਾ, ਨੀ ਧਾ, ਪਾ ਮਾ, ਮਾ ਪਾ, ਨੀ ਧਾ, 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 ਪਾ ਧਾ, ਪਾ ਧਾ, ਮਾ ਪਾ, ਪਾ ਮਾ। ਸ਼ਬਦ ਦੇਖੋ ਸਰ ਬ ਕ ਲਾ ਬਣ ਆਈ। ਨੈਕਸਟ ਲਾਈਨ ਸੇਮ ਸਰਗਮ, ਇਹ ਸਰਗਮ ਦੇ ਉੱਤੇ ਹੀ ਸਾਰੇ ਅੰਤਰੇ ਆਉਣੇ ਹਨ, ਠੀਕ ਹੈ ਜੀ। ਜਿਹੜਾ ਪਹਿਲਾ ਅੰਤਰਾ ਹੈ ਇਹੀ ਸਰਗਮ ਤੇ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਹਰੋਗਾ, ਠੀਕ ਹੈ ਜੀ। ਨੈਕਸਟ ਲਾਈਨ ਸੇਮ ਸਰਗਮ, ਕੋਟ ਵਿਘਨ ਲਾਥੇ ਪ੍ਰਭ ਸ਼ਰਣਾ ਪ੍ਰਗਟੇ ਪਲੇ ਸੰਜੋਗਾ। ਫਿਰ ਵਾਪਸੀ ਜਦੋਂ ਅਸਥਾਈ ਤੇ ਆਉਣਾ ਹੈ ਉਹ ਲਾਈਨ ਦੇਖੋ, ਪ੍ਰਗਟੇ ਪਲੇ ਸੰਜੋਗਾ। ਸਰਗਮ ਦੇਖੋ ਮਾ ਮਾ ਗਾ ਰੇ ਰੇ ਮਾ ਗਾ ਰੇ ਸਾ 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 ਸਾ। ਸ਼ਬਦ ਦੇਖੋ ਪ੍ਰਗਟੇ ਪਲੇ ਸੰਜੋਗਾ। ਫਿਰ ਅਸਥਾਈ ਸ਼ੁਰੂ ਕਰ ਦੇਣੀ ਹੈ ਤੂੰ, ਗੁਰ ਨਾਨਕ ਕੀ ਵਡਿਆਈ। ਇਹ ਸ਼ਬਦ ਤੁਹਾਡਾ ਸੰਪੂਰਨ ਗਾਇਨ ਕਰਕੇ ਦੱਸ ਦਿੱਤਾ ਹੈ, ਸਾਰੇ ਅੰਤਰੇ ਲਗਾ ਕੇ ਦੱਸ ਦਿੱਤੇ ਗਏ ਹਨ, ਅਸਥਾਈ ਅਤੇ ਅੰਤਰੇ ਦੀ ਸਰਗਮ, ਸਰਗਮ ਦੇ ਉੱਤੇ ਸ਼ਬਦ ਪਹਿਲਾਂ ਅੰਤਰਾ ਵੀ ਲਗਾ ਕੇ ਦੱਸ ਦਿੱਤਾ ਗਿਆ ਹੈ, ਇਹ ਸਰਗਮ 'ਤੇ ਬਾਕੀ ਸਾਰੇ ਅੰਤਰੇ ਆਉਣਗੇ। ਆਪ ਸਾਰਿਆਂ ਨੇ ਮੇਰੇ ਇਸ ਯੂਟਿਊਬ ਚੈਨਲ ਨਾਮ ਸਿੰਘ ਖਾਲਸਾ ਨੂੰ ਸਬਸਕ੍ਰਾਈਬ ਕਰਨਾ ਹੈ ਅਤੇ ਆਪਣੇ ਸਾਰੇ ਹੀ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਹੈ ਜਿਹੜੇ ਗੁਰਬਾਣੀ ਕੀਰਤਨ ਸਿੱਖਣਾ ਚਾਹੁੰਦੇ ਹਨ ਰਾਗਾਂ ਵਿੱਚ ਅਤੇ ਰੀਤਾਂ ਵਿੱਚ। ਉਹਨਾਂ ਸਾਰਿਆਂ ਨਾਲ ਇਸ ਚੈਨਲ ਨੂੰ ਸ਼ੇਅਰ ਕਰਨਾ ਹੈ ਤਾਂ ਜੋ ਸਾਰੀ ਹੀ ਸੰਗਤ ਕੀਰਤਨ ਕਰ ਸਕੇ ਅਤੇ ਸਾਰੀ ਹੀ ਸੰਗਤ ਫਰੀ ਵਿੱਚ ਕੀਰਤਨ ਸਿੱਖ ਸਕੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।